ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਅੱਜ ਫਿਲੌਰ ਦੇ ਸੇਵਾ ਕੇਂਦਰ SDM ਕੋਰਟ ਨੇੜੇ ਔਰਤਾਂ ਦੀਆਂ ਲੰਬੀਆਂ ਕਤਾਰਾਂ ਤੜਕਸਾਰ ਤੋਂ ਲੱਗਣੀਆਂ ਸ਼ੁਰੂ ਹੋ ਗਈਆਂ। ਫਿਲੌਰ ਦੇ ਵੱਖ ਵੱਖ ਪਿੰਡਾਂ ਤੋਂ ਆਈਆਂ ਹੋਈਆਂ ਔਰਤਾਂ ਨੇ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਰਸੋਈ ਪੱਤਾ ਸਕੀਮ ਅਧੀਨ ਸਾਨੂੰ 2500 ਰੁਪਏ ਪ੍ਰਤੀ ਮਹੀਨਾ ਮਿਲਣਗੇ। ਜ਼ਿਕਰਯੋਗ ਹੈ ਕਿ ਇਸ ਸਕੀਮ ਅਧੀਨ ਇਕੱਠੀਆਂ ਹੋਈਆਂ ਔਰਤਾਂ ਵਿਚਕਾਰ ਧੱਕਾ ਮੁੱਕੀ ਅਤੇ ਹੱਥੋਂ ਪਾਈ ਵੀ ਹੋਈ। ਇੱਥੋਂ ਤੱਕ ਕਿ ਲਾਈਨਾਂ ਤੋੜਨ ਵਾਲੀਆਂ ਕੁਝ ਔਰਤਾਂ ਦੀ ਕੁੱਟਮਾਰ ਵੀ ਕੀਤੀ ਗਈ। ਮੌਜੂਦਾ ਔਰਤਾਂ ਨੇ ਦੱਸਿਆ ਹੈ ਕਿ 100 ਰੁਪਏ ਫਾਰਮ ਭਰਵਾਈ ਦੇ ਲਏ ਜਾ ਰਹੇ ਹਨ ਅਤੇ 50 ਰੁਪਏ ਫਾਰਮ ਜਮ੍ਹਾਂ ਕਰਵਾਉਣ ਦੇ ਲਏ ਜਾ ਰਹੇ ਹਨ। ਭਾਜੀ, ਜਿਹੜੇ ਮੋਦੀ ਨੇ ਰੂਲ ਕੱਢਿਆ ਕਿ ਆਪਣੇ ਜਿਹੜੀਆਂ ਲੇਡੀਜ਼ ਘਰ ਵੇਲੀਆਂ ਉਹਨਾਂ ਨੂੰ 3000 ਰੁਪਏ ਮਹੀਨੇ ਦਾ ਫਾਰਮ ਕੀ ਕਰਵਾ ਰਹੇ ਇੱਥੇ ਆਣ ਕੇ? ਇਹ ਫਾਰਮ ਇਹਨਾਂ ਨੇ ਕੱਢਿਆ ਕਿ ਰੂਲ ਆਪਣੇ ਕੋਲ ਇੱਕ ਫਾਰਮ ਦਿੰਦੇ ਆ ਜਿਹੜੇ ਭਰਦੇ ਆ ਮੁੰਡੇ, ਨਾਲ ਆਧਾਰ ਕਾਰਡ ਦੀਆਂ ਫੋਟੋ, ਬੈਂਕ ਦੀ ਕਾਪੀ ਹੈ, ਉਹ ਲਾਈ ਹੈ ਅਤੇ ਇੱਥੇ ਆਏ। ਕਿੰਨੇ ਪੈਸੇ ਕਰੇ? 10 ਰੁਪਏ ਜਮ੍ਹਾਂ ਕਰਾਈ ਦੇ ਅਤੇ 50 ਰੁਪਏ ਪਿੰਡ ਚਲੇ ਜਾ ਪ੍ਰਾਂਤ। ਕਾਹਦੇ ਦੱਸਿਆ ਵੀ ਕਾਹਦੇ ਕੀ ਪੇਮੈਂਟ ਨੇ? ਕਹਿੰਦੇ ਮੋਦੀ ਨੇ ਦੇਣੇ ਜਿਹੜੀਆਂ, ਮਤਲਬ ਉਹ ਗਰੀਬ ਘਰ ਹੈ ਜਿਹਨਾਂ ਦੀ ਕੋਈ ਕਾਰੋਬਾਰ। ਉਧਰ ਜਦੋਂ ਇਸ ਸੰਬੰਧੀ ਤਹਿਸੀਲਦਾਰ ਤਪਨ ਪਨੌੜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਹੈ ਕਿ ਇਹੋ ਜਿਹੀ ਅਜੇ ਤੱਕ ਕੋਈ ਸਕੀਮ ਨਹੀਂ ਹੈ, ਪਰ ਲਾਈਨਾਂ 'ਚ ਲੱਗੀਆਂ ਔਰਤਾਂ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹਨ। ਇਹ ਵੀ ਪਤਾ ਲੱਗਿਆ ਹੈ ਕਿ ਫਾਰਮ ਵੇਚਣ ਵਾਲੇ ਮੌਕੇ 'ਤੇ ਮੌਜੂਦ ਸਨ। ਸਥਿਤੀ ਨੂੰ ਕੰਟਰੋਲ ਵਿੱਚ ਲਿਆਉਣ ਲਈ ਪ੍ਰਸ਼ਾਸਨ ਨੂੰ ਲੇਡੀਜ਼ ਪੁਲਿਸ ਮੰਗਵਾਉਣੀ ਪਈ। ਇਸ ਮੌਕੇ SDM ਫਲੌਰ ਰਜੇਸ਼ ਸ਼ਰਮਾ ਨੇ ਦੱਸਿਆ ਹੈ ਕਿ ਸਰਕਾਰੀ ਸਕੀਮ ਸਿਰਫ ਬੀਮਾ ਸਕੀਮ ਹੈ ਜੋ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਹਨਾਂ ਲੋਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਹੈ ਕਿ ਉਹ ਧੋਖੇਬਾਜ਼ਾਂ ਤੋਂ ਬਚਣ ਅਤੇ ਜਦੋਂ ਵੀ ਕੋਈ ਸਕੀਮ ਅਜਿਹੀ ਆਵੇਗੀ ਤਾਂ ਉਹਨਾਂ ਨੂੰ ਸੂਚਿਤ ਕੀਤਾ ਜਾਵੇਗਾ। ਅੱਜ ਜਿਹੜਾ ਇੱਥੇ ਸੇਵਾ ਕੇਂਦਰ ਫਲੌਰ ਵਿੱਚ ਮੈਂ ਵੀ ਆ ਕੇ ਦੇਖਿਆ, SDM ਸਾਹਿਬ ਨੇ ਮੈਨੂੰ ਕਿਹਾ ਸੀਗਾ ਕਿ ਇੱਥੇ ਵਿਜ਼ਿਟ ਕਰਕੇ ਦੇਖੋ। ਇੱਥੇ ਕਾਫੀ ਰਸ਼ ਹੋਇਆ ਹੋਇਆ ਸੀਗਾ ਜਿਹਦੇ ਕਰਕੇ ਥੋੜ੍ਹੀ ਪ੍ਰੋਬਲਮ ਆ ਰਹੀ ਸੀ ਫੋਰਮਸ ਦੀ ਅਪਲੋਡਿੰਗ ਦੇ ਵੀ। ਸੋ ਉੱਥੇ ਅਸੀਂ ਹੁਣ ਐਡੀਸ਼ਨਲ ਜਿਹੜੀ ਲੇਡੀਜ਼ ਪੁਲਿਸ ਦੀ ਫੋਰਸ ਵੀ ਲਗਾਈ ਹੈ ਤਾਂ ਕਿ ਕਿਸੇ ਨੂੰ ਕੋਈ ਇਨਕਨਵੀਨੀਅੰਸ ਨਾ ਹੋਵੇ, ਅਤੇ ਸੇਵਾ ਕੇਂਦਰ ਸਟਾਫ ਨੂੰ ਵੀ ਮੈਂ ਇੰਸਟਰਕਸ਼ਨ ਦਿੱਤੀ ਹੈ ਕਿ ਬੜਾ ਸਮੂਥਲੀ ਇਹ ਕੰਮ ਚੱਲਣਾ ਚਾਹੀਦਾ ਹੈਗਾ। ਅਤੇ ਥੋੜ੍ਹਾ ਇਹਦੇ ਵਿੱਚ ਨੈਕਸਟ ਟਾਈਮ ਔਨਵਰਡਸ, ਕਿਉਂਕਿ ਇਹ ਸੈਟਰਡੇ ਨੂੰ ਇਹਦੀ ਐਂਟਰੀਜ਼ ਕਰਦੇ ਹੈਗੇ ਆ, ਸੋ ਮੈਂ ਇਹਨਾਂ ਨੂੰ ਸੇਵਾ ਕੇਂਦਰ ਦੇ ਸਟਾਫ ਨੂੰ ਇਹ ਵੀ ਕੀਤਾ ਕਿ ਟੋਕਨ ਸਿਸਟਮ ਥੋੜ੍ਹਾ ਪ੍ਰੋਪਰ ਨੈਕਸਟ ਟਾਈਮ ਔਨਵਰਡਸ ਕੀਤਾ ਜਾਵੇ। ਅਤੇ ਮੋਰਨਿੰਗ ਤੋਂ ਹੀ SHO ਸਾਹਿਬ ਨੇ ਵੀ ਮੇਰੀ ਇਹਦੇ ਬਾਰੇ ਗੱਲ ਹੋਈ ਹੈ ਕਿ ਮੋਰਨਿੰਗ ਤੋਂ ਹੀ ਉੱਥੇ ਜਿਹੜੀ DD ਪੁਲਿਸ ਹੈ ਲਗਾਈ ਜਾਵੇ ਤਾਂ ਕਿ ਜਿਹੜਾ ਪ੍ਰੋਪਰ ਲਾਈਨਸ ਦੇ ਵਿੱਚ ਕੰਮ ਹੋਵੇ, ਥੋੜ੍ਹਾ ਉਹ ਕੰਮ ਫਾਸਟ ਵੀ ਹੋ ਜਾਂਦਾ ਅਤੇ ਉਹਨਾਂ ਕਿਸੇ ਨੂੰ ਪ੍ਰੋਬਲਮ ਵੀ ਨਹੀਂ ਆਊਗੀ, ਕਿਉਂਕਿ ਇੱਥੇ ਕਾਫੀ ਰਸ਼ ਹੋਇਆ ਸੀ ਮੈਂ ਹੁਣ ਦੇਖਿਆ। ਹੁਣ ਤਾਂ ਉਹਦਾ ਕਾਫੀ ਘੱਟ ਗਿਆ ਹੈਗਾ, ਅਸੀਂ ਉੱਥੇ ਕਰਕੇ ਐਂਟਰੀ ਵੀ ਮੈਂ ਆਪ ਕਰਾਈ ਹੈਗੀ ਹੈ ਤਾਂ ਕਿ ਕਿਸੇ ਨੂੰ ਕੋਈ ਪ੍ਰੋਬਲਮ ਨਾ ਹੋ। ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ। ਨਵੀਆਂ ਅਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।